ਤੁਹਾਡੀ ਸੇਵਾ ਵਿੱਚ ਮੈਂ ਹਾਂ ਸਤਪਾਲ ਸਿੰਘ ਜੌਲ ਤੇ ਇਸ ਪ੍ਰੋਗਰਾਮ 'ਚ ਪੇਸ਼ ਕਰਦੇ ਹਾਂ ਕੁਝ ਖਬਰਾਂ। ਸੌਣ ਮਹੀਨੇ ਦੀ ਸੰਗਰਾਂਦ ਵਾਲੀ ਸਵੇਰ ਨੂੰ ਬ੍ਰੈਂਪਟਨ ਵਿਖੇ ਪੰਜਾਬੀ ਬਜ਼ੁਰਗ ਨੂੰ ਜਾਨਲੇਵਾ ਟੱਕਰ ਮਾਰ ਕੇ ਫਰਾਰ ਹੋਣ ਵਾਲੇ ਡਰਾਈਵਰ ਦੀ ਖਬਰ ਅਜੇ ਚਰਚਾ ਵਿੱਚ ਹੀ ਹੈ, ਪਰ ਉਸ ਤੋਂ 23 ਘੰਟਿਆਂ ਬਾਅਦ ਟੋਰਾਂਟੋ ਲਾਗੇ ਹਾਈਵੇ QEW ਤੇ ਵੈਨ ਨੂੰ ਟੱਕਰ ਮਾਰ ਕੇ ਇੱਕ ਟਰੱਕ ਡਰਾਈਵਰ ਟਰੱਕ ਭਜਾ ਕੇ ਲੈ ਗਿਆ। ਇਸ ਦੁਰਘਟਨਾ ਵਿੱਚ ਵੈਨ ਹਾਈਵੇ ਤੋਂ ਲੈ ਕੇ ਖੱਡ ਵਿੱਚ ਪਲਟ ਗਈ ਤੇ ਇੱਕ 11 ਸਾਲਾ ਮੁੰਡੇ ਦੀ ਮੌਤ ਹੋ ਗਈ। ਓਨਟੈਰੀਓ ਦੀ ਪੁਲਿਸ ਅਨੁਸਾਰ ਵੈਨ ਵਿੱਚ 7 ਸੀਟਾਂ ਸਨ, ਪਰ ਦੁਰਘਟਨਾ ਵੇਲੇ ਵੈਨ ਵਿੱਚ 9 ਲੋਕ ਸਵਾਰ ਸਨ, ਜਿਸ ਦਾ ਭਾਵ ਹੈ ਕਿ ਸਾਰਿਆਂ ਨੇ ਸੀਟ ਬੈਲਟਾਂ ਨਹੀਂ ਲਗਾਈਆਂ ਹੋਈਆਂ ਸਨ। ਉਹ ਸਾਰੇ ਜ਼ਖਮੀ ਹਸਪਤਾਲ ਵਿੱਚ ਦਾਖਲ ਨੇ, ਜਿਨ੍ਹਾਂ ਵਿੱਚੋਂ 2 ਦੀ ਹਾਲਤ ਗੰਭੀਰ ਹੈ। ਹੰਗਰੀ ਤੋਂ ਕੈਨੇਡਾ ਵਿੱਚ ਆਏ ਉਹ ਪ੍ਰਵਾਸੀ ਸੋਮਵਾਰ ਦੀ ਰਾਤ ਨੂੰ 3 ਕੁ ਵਜੇ ਹਾਈਵੇ ਤੇ ਟੋਰਾਂਟੋ ਵੱਲ ਨੂੰ ਆ ਰਹੇ ਸਨ ਤੇ ਵੈਨ ਦੇ ਮਗਰ ਟਰੱਕ ਆ ਕੇ ਵੱਜਾ। ਚਿੱਟੇ ਰੰਗ ਦੇ ਵੋਲਵੋ ਟਰੱਕ ਦੀ ਟੁੱਟ ਭੱਜ ਹੋਈ ਹੈ, ਜਿਸ ਦੀ ਓਨਟੈਰੀਓ ਪੁਲਿਸ ਤਲਾਸ਼ ਕਰ ਰਹੀ ਹੈ। ਇਸ ਤਰ੍ਹਾਂ ਬ੍ਰੈਂਪਟਨ ਵਿੱਚ ਜੋਗਿੰਦਰ ਸਿੰਘ ਨੂੰ ਫੇਟ ਮਾਰ ਕੇ ਭੱਜੇ ਡਰਾਈਵਰ ਦੀ ਵੀ ਗੱਡੀ ਸਮੇਤ ਅਪੀਲ ਪੁਲਿਸ ਨੂੰ ਭਾਲ ਜਾਰੀ ਹੈ। ਟੋਰਾਂਟੋ ਵਿੱਚ ਫੁੱਟਬਾਲ ਦੇ ਇੱਕ ਮੈਦਾਨ ਵਿੱਚ ਬੀਤੀ ਰਾਤ ਗੋਲੀ ਮਾਰ ਕੇ 42 ਸਾਲਾਂ ਦੇ ਇੱਕ ਬੰਦੇ ਦਾ ਕਤਲ ਕਰ ਦਿੱਤਾ ਗਿਆ। ਵੈਸਟਨ ਸਕਾਰਬਰੋ ਏਰੀਆ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਦੋਸ਼ੀ ਫਰਾਰ ਹੋ ਗਏ। ਟੋਰਾਂਟੋ ਵਿੱਚ 2012 ਸਾਲ ਦੌਰਾਨ ਹੁਣ ਤੱਕ ਹੋਏ ਕਤਲਾਂ ਦੀ ਗਿਣਤੀ 29 ਤੱਕ ਪੁੱਜ ਗਈ ਹੈ। ਇਸ ਤੋਂ 24 ਘੰਟੇ ਪਹਿਲਾਂ ਸਕਾਰਬਰੋ ਵਿੱਚ ਬਾਰਬੇਕਿਊ ਪਾਰਟੀ ਦੌਰਾਨ ਗੋਲੀਆਂ ਚੱਲੀਆਂ ਸਨ, ਜਿਸ ਕਾਰਨ 2 ਮੌਤਾਂ ਹੋਈਆਂ ਤੇ ਦਰਜਨ ਤੋਂ ਜ਼ਿਆਦਾ ਲੋਕ ਫਟੜ ਹੋਏ। ਇਸ ਮਾਮਲੇ ਦੀ ਤਫਤੀਸ਼ ਸਰਗਰਮੀ ਨਾਲ ਜਾਰੀ ਹੈ। ਮਸ਼ਾਲ ਆਰਟਸ ਵੱਲੋਂ ਕੈਨੇਡਾ ਵਿੱਚ ਭਰੂਣ ਹੱਤਿਆ ਪ੍ਰਤੀ ਜਾਗਰੂਕਤਾ ਲਈ ਨਿਰਮਲ ਰਿਸ਼ੀ ਦਾ ਨਾਟਕ ਮਾਂ ਮੈਨੂੰ ਮਾਰੀ ਨਾਂ ਦੇ ਸ਼ੋਅ ਕਰਵਾਏ ਜਾ ਰਹੇ ਨੇ। ਇਸ ਬਾਰੇ ਇਸ ਨਾਟਕ ਦੀ ਲੇਖਕਾ ਤੇ ਨਿਰਮਾਤਾ ਨਿਰਮਲ ਰਿਸ਼ੀ ਨੇ SS ਟੈਲੀਵਿਜ਼ਨ ਦੇ ਦਰਸ਼ਕਾਂ ਲਈ ਗੱਲਬਾਤ ਕੀਤੀ ਹੈ। ਪੇਸ਼ ਕਰਦੇ ਹਾਂ ਇਸ ਗੱਲਬਾਤ ਦੇ ਕੁਝ ਅੰਸ਼। ਅੱਛਾ, 1960 ਤੋਂ ਹੈ ਜੀ, ਉਦੋਂ ਤੋਂ ਤੁਸੀਂ ਚੱਲੇ ਹੋਏ ਹੋ। ਅੱਜ ਵੀ ਜਾਂ ਪਹਿਲਾਂ ਵੀ ਕਦੀ ਇਹ ਸੌਖਾ ਨਹੀਂ ਸੀ ਸਮਝਿਆ ਜਾਂਦਾ ਕਿ ਫਿਲਮਾਂ ਦੇ ਵਿੱਚ ਕੋਈ ਵਿਅਕਤੀ ਕਾਮਯਾਬ ਹੋ ਜਾਏਗਾ, ਰੰਗ ਮੰਚ ਦੇ ਵਿੱਚ ਕਾਮਯਾਬ ਹੋ ਜਾਏਗਾ। ਕਿਵੇਂ ਦਾ ਸੀਗਾ ਉਹ ਵੈਸੇ 1960-70 ਦਾ ਸਮਾਂ? ਸਤਪਾਲ ਜੀ, ਉਦੋਂ ਕੁਛ ਪਤਾ ਵੀ ਨਹੀਂ ਸੀਗਾ ਅਤੇ ਮੈਂ ਬਹੁਤ ਹੀ ਇੰਟੀਰੀਅਰ, ਬਠਿੰਡਾ ਇੰਟੀਰੀਅਰ ਤੋਂ ਸੀ। ਹੁਣ ਤਾਂ ਮਾਨਸਾ ਡਿਸਟ੍ਰਿਕਟ 'ਚ ਪੈ ਜਾਂਦਾ ਸਾਡਾ ਪਿੰਡ, ਅਤੇ ਉਦੋਂ ਅਸੀਂ ਬਾਹਰ ਪੜ੍ਹਦੇ ਹੁੰਦੇ ਸੀ। ਮੈਂ ਰਾਜਸਥਾਨ 'ਚ ਮਤਲਬ ਐਜੂਕੇਸ਼ਨ ਗੰਗਾਨਗਰ ਤੋਂ ਲਈ ਆ। ਉਦੋਂ ਸਕੂਲ 'ਚ ਡਰਾਮੇ ਕਰਨੇ, ਕਾਲਜ 'ਚ ਡਰਾਮੇ ਕਰਨੇ, ਅਤੇ ਸਾਡੇ ਮੀਰਾ ਮਾਨਿਕ ਵਾਲਾ ਟੀਚਰ ਹੁੰਦੇ ਸੀ ਹਿੰਦੀ ਦੇ ਅਤੇ ਇੱਕ ਇੰਗਲਿਸ਼ ਦੇ ਮਿਸਿਸ ਭੱਟ, ਉਹ ਫਿਰ ਸਾਨੂੰ ਡਰਾਮੇ 'ਚ ਲਾਈ ਰੱਖਦੇ ਸੀ। ਉਸ ਤੋਂ ਬਾਅਦ ਫਿਰ ਮੈਂ ਪੰਜਾਬ 'ਚ ਆਈ। ਉਸ ਤੋਂ ਬਾਅਦ ਫਿਜ਼ੀਕਲ ਐਜੂਕੇਸ਼ਨ ਟ੍ਰੇਨਿੰਗ ਕੀਤੀ ਹਰਪਾਲ ਸਿੰਘ ਨਟਵਾਣਾ ਦੇ ਕੰਟੈਕਟ 'ਚ ਆ ਕੇ। ਉਦੋਂ ਤੋਂ ਫਿਰ ਲਗਾਤਾਰ ਮਤਲਬ ਪ੍ਰੋਫੈਸ਼ਨਲ ਤਰੀਕੇ ਨਾਲ ਜਿਵੇਂ ਬਹੁਤ ਸਾਰੀਆਂ ਗੱਲਾਂ ਸਿੱਖੀਆਂ। ਅਤੇ ਪੇਰੈਂਟਸ ਵੱਲੋਂ ਮੇਰੇ ਮਾਂ ਬਾਪ ਨੂੰ ਇਹੀ ਸੀ ਵੀ ਇਹ ਕੁਛ ਕਰੀ ਜਾਂਦੀ ਹੈ ਤਾਂ ਠੀਕ ਹੀ ਕਰਦੀ ਹੋਊਗੀ, ਕਿਉਂਕਿ ਉਹਨਾਂ ਨੂੰ ਬਹੁਤਾ ਪਤਾ ਨਹੀਂ ਸੀਗਾ। ਬਾਹਲੀ ਸਿੰਪਲ ਲੋਕ ਸੀਗੇ ਉਹ, ਅਤੇ ਘਰਦਿਆਂ ਨੇ ਕਿਸੇ ਨੇ ਮੇਰੇ ਇਤਰਾਜ਼ ਵੀ ਨਹੀਂ ਕੀਤਾ। ਜਿਵੇਂ ਮੈਂ ਚੱਲੀ ਗਈ ਉਹਨਾਂ ਨੇ ਮੇਰੀ ਹਾਂ 'ਚ ਹਾਂ ਮਿਲਾਈ ਗਏ। ਅੱਛਾ, ਇਹ ਐਕਟਰ ਅਤੇ ਐਕਟਰੈਸ ਬਣਨਾ ਪੰਜਾਬੀ ਨੌਜਵਾਨਾਂ ਦਾ, ਮੁੰਡਿਆਂ ਦਾ, ਕੁੜੀਆਂ ਦਾ ਇੱਕ ਸੁਪਨਾ ਵੀ ਹੁੰਦਾ, ਲੇਕਿਨ ਇਹ ਸੁਪਨਾ ਸਾਰਿਆਂ ਦਾ ਪੂਰਾ ਨਹੀਂ ਹੁੰਦਾ। ਤੁਸੀਂ ਘਰੋਂ ਕੀ ਸੁਪਨਾ ਉਦੋਂ ਲੈ ਕੇ ਚੱਲੇ ਸੀਗੇ ਵੀ ਤੁਸੀਂ ਫਿਲਮਾਂ ਦੇ ਵਿੱਚ ਹੀਰੋਇਨ ਬਣਨਾ ਹੈ ਕਿ ਜਾਂ ਤੁਸੀਂ ਰੰਗ ਮੰਚ 'ਤੇ ਨਾਟਕ ਕਰਨੇ ਨੇ? ਕੀ ਸੁਪਨਾ ਸੀ ਤੁਹਾਡਾ? ਨਾ ਨਾ, ਮੇਰਾ ਕੋਈ ਸੁਪਨਾ ਨਹੀਂ ਸੀਗਾ। ਮੈਂ ਤਾਂ ਜਿਵੇਂ ਉਹਨਾਂ ਨਾਲ ਜੁੜੀ ਨਾ, ਅਤੇ ਉਹ ਮੈਨੂੰ ਮਤਲਬ ਚੰਗੇ ਲੱਗੇ। ਮੈਨੂੰ ਦੋਨੋਂ ਨੈਸ਼ਨਲ ਸਕੂਲ ਆਫ ਡਰਾਮਾ 'ਚੋਂ ਕਰਕੇ ਆਏ ਸੀ, ਅਤੇ ਮੈਂ ਕਿਹਾ ਸੀ ਵੀ ਮੈਂ ਇਹਨਾਂ ਨਾਲ ਡਰਾਮੇ ਕਰਦੀ ਹਾਂ। ਮੈਨੂੰ ਇਹ ਵੀ ਨਹੀਂ ਪਤਾ ਸੀ ਵੀ ਮੈਂ ਮਸ਼ਹੂਰ ਹੋਣਾ ਹੀ ਹਾਂ, ਮੈਂ ਕੋਈ ਬਹੁਤ ਅੱਛਾ ਰੋਲ ਕਰਨਾ ਹੈ, ਜਾਂ ਮੈਂ ਹੀਰੋਇਨ ਸਟੱਫ ਤਾਂ ਖੈਰ ਮੈਂ ਨਹੀਂ ਸੀ, ਟੂ ਬੀ ਵੈਰੀ ਫਰੈਂਕ, ਵੀ ਸਾਫ਼ ਗੱਲ ਕਰਨੀ ਚਾਹੀਦੀ ਹੈ, ਵੀ ਸਾਈਡ ਰੋਲ ਮੈਂ ਕਰਦੀ ਸੀ ਅਤੇ ਮੈਨੂੰ ਅੱਛੇ ਲੱਗਦੇ ਸੀ। ਫਿਰ ਹੌਲੀ ਹੌਲੀ ਮੈਨੂੰ ਹੋਇਆ ਕਿ ਵੀ ਮੈਨੂੰ ਬਹੁਤ ਅੱਛਾ ਕੰਮ ਕਰਨਾ ਚਾਹੀਦਾ ਔਰ ਇਹੀ ਕੰਮ ਕਰਨਾ ਚਾਹੀਦਾ। ਇਹ ਅਕਸਰ ਲੇਕਿਨ ਕਿ ਤੁਹਾਡੇ ਕੰਮ ਦੇ ਵਿੱਚੋਂ ਵੀ ਦਰਸ਼ਕ ਕਈ ਵਾਰੀ ਇਸ ਤਰ੍ਹਾਂ ਦਾ ਸੰਦੇਸ਼ ਲੈਂਦੇ ਆ ਕਿ ਹਾਂਜੀ ਆਪ ਖੁਦਰਾਪਨ ਜਾਂ ਤੁਸੀਂ ਆਪਣੀ ਇੱਕ ਅਜੀਬ ਕਿਸਮ ਦੀ ਤੁਹਾਡੀ ਭੂਮਿਕਾ ਹੁੰਦੀ ਹੈ, ਸੋ ਜਿਸ ਤਰ੍ਹਾਂ ਦੀ ਵੀ ਉਹ ਤੁਹਾਡੀਆਂ ਭੂਮਿਕਾਵਾਂ ਹੁੰਦੀਆਂ ਨੇ, ਸੋ ਆਮ ਤੌਰ 'ਤੇ ਤੁਸੀਂ ਉਹਨਾਂ ਨੂੰ ਨਿਭਾ ਕੇ ਸੰਤੁਸ਼ਟ ਹੁੰਦੇ ਹੋ? ਜੀ, ਮੈਨੂੰ ਸਤਪਾਲ ਜੀ ਬਹੁਤ ਅੱਛਾ ਲੱਗਦਾ ਵੀ ਮੇਰੇ ਕਿਰਦਾਰ ਨੂੰ ਜਿਵੇਂ ਮੈਨੂੰ ਮੈਂ ਕਿਸੇ ਵਿੱਚ ਕਿਸੇ ਵੀ ਡਾਇਰੈਕਟਰ 'ਚ ਜਾਂ ਕਿਸੇ ਵੀ ਫਿਲਮ 'ਚ ਜਾਂ ਡਰਾਮੇ 'ਚ ਮੈਂ ਇੰਟਰਫੇਅਰ ਨਹੀਂ ਕਰਦੀ। ਜਿਵੇਂ ਮੈਨੂੰ ਦੱਸਦੇ ਨੇ ਨਾ, ਮੈਂ ਉਵੇਂ ਜ਼ਿਕਰ ਕਰਦੀ ਹਾਂ ਅਤੇ ਮੈਨੂੰ ਕਰਕੇ ਅੱਛਾ ਲੱਗਦਾ। ਫਿਰ ਉਹ ਕਹਿੰਦੇ ਮੈਡਮ ਤੁਸੀਂ ਜੇ ਕੁਛ ਚੇਂਜ ਕਰਨਾ ਤਾਂ ਕਰ ਸਕਦੇ ਹੋ, ਥੋੜ੍ਹਾ ਬਹੁਤ ਕਰ ਲੈਂਦੀ ਹਾਂ, ਪਰ ਮੈਨੂੰ ਅੱਛਾ ਲੱਗਦਾ ਜੋ ਕੁਛ ਵੀ ਕਰਵਾਉਂਦੇ ਨੇ। ਨਿਰਮਲ ਰਿਸ਼ੀ ਅਨੁਸਾਰ ਇਸ ਨਾਟਕ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਲੜਕੀਆਂ ਦੀ ਭਰੂਣ ਹੱਤਿਆ ਨਾ ਕੀਤੀ ਜਾਵੇ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦੀ ਹਾਂ ਕਿ ਨਾਟਕ ਮਾਂ ਮੈਨੂੰ ਮਾਰੀ ਨਾ ਹੁਣੇ ਅਸੀਂ ਖੇਡ ਕੇ ਚੁੱਕੇ ਹਾਂ, ਅਤੇ ਇਸ ਨੂੰ ਖੇਡਾਂਗੇ ਵੀ ਪੰਜਾਬ 'ਚ ਵੀ, ਸਾਰੇ ਹਿੰਦੁਸਤਾਨ 'ਚ ਵੀ, ਅਤੇ ਇੱਥੇ ਕੈਨੇਡਾ 'ਚ ਵੀ ਖੇਡਿਆ ਗਿਆ ਹੈ, ਅਤੇ ਹੋਰ ਵੀ ਇਹਦੇ ਸ਼ੋਅ ਹੋਣਗੇ। ਇਹ ਨਾਟਕ ਮੈਂ ਇਸ ਕਰਕੇ ਲਿਖਿਆ ਹੈ ਕਿ ਜਿਹੜੀ ਸਾਡੇ ਪੰਜਾਬੀਆਂ 'ਤੇ ਜਾਂ ਸਾਡੀ ਕੌਮ 'ਤੇ ਕਲੰਕ ਲੱਗਿਆ ਕੁੜੀਆਂ ਨੂੰ ਢਿੱਡ ਵਿੱਚ ਹੀ ਮਾਰਨ ਦਾ, ਇਸ ਨੂੰ ਉਤਾਰਿਆ ਜਾਵੇ। ਕਿਉਂ ਕਲੰਕ ਲਾਉਂਦੇ ਹਾਂ ਅਸੀਂ ਆਪਣੇ ਆਪ ਨੂੰ, ਜਦੋਂ ਕੁੜੀਆਂ ਵੀ
ਉਨਾ ਹੀ ਹਿੱਸਾ ਘਰ 'ਚ ਰੱਖਦੀ ਹੈ, ਸੰਸਾਰ 'ਚ ਰੱਖਦੀ ਹੈ ਜਿੰਨਾ ਕੁ ਮੁੰਡੇ ਰੱਖਦੇ ਨੇ। ਔਰ ਮੈਂ ਇਸ ਨਾਟਕ ਵਿੱਚ ਦਿਖਾਇਆ ਕਿ ਕੁੜੀਆਂ ਦੇ ਵਿੱਚ ਕਿੰਨੀ ਤਾਕਤ ਹੈ, ਸਾਰੀ ਸ੍ਰਿਸ਼ਟੀ ਕੁੜੀਆਂ ਨੇ ਹੀ ਸਾਜੀ ਹੈ। ਅੱਜ ਤੱਕ ਰੱਬ ਨੂੰ ਵੀ ਤਾਂ ਕੁੜੀ ਨੇ ਬਣਾਇਆ, ਵੀ ਇਸ ਨੂੰ ਅਸੀਂ ਭਰੂਣ ਹੱਤਿਆ ਇਸ ਦੀ ਕਿਉਂ ਕਰਦੇ ਹਾਂ, ਢਿੱਡਾਂ ਵਿੱਚ ਕਿਉਂ ਮਾਰਦੇ ਹਾਂ। ਇਸ ਲਈ ਜਾਗਰੂਕਤਾ ਪੈਦਾ ਕਰਨ ਲਈ ਅਤੇ ਲੋਕਾਂ ਦੀ ਸੋਚ ਬਦਲਣ ਵਾਸਤੇ ਇਹ ਨਾਟਕ ਲਿਖਿਆ ਗਿਆ ਹੈ। ਔਰ ਤੁਸੀਂ ਜ਼ਰੂਰ ਦੇਖਿਓ ਜਿੱਥੇ ਵੀ ਇਹਦੇ ਸ਼ੋਅ ਹੋਣਗੇ। ਜੁਲਾਈ ਮਹੀਨਾ ਬਾਲੀਵੁੱਡ ਫਿਲਮ ਜਗਤ 'ਤੇ ਕੁਝ ਜ਼ਿਆਦਾ ਭਾਰੂ ਸਾਬਿਤ ਹੋ ਰਿਹਾ ਹੈ। 12 ਜੁਲਾਈ ਨੂੰ ਦਾਰਾ ਸਿੰਘ ਅਤੇ ਅੱਜ ਰਜੇਸ਼ ਖੰਨਾ ਅਕਾਲ ਚਲਾਣਾ ਕਰ ਗਏ ਹਨ। ਇੱਕ ਖਬਰ ਅਨੁਸਾਰ ਸ਼ਤਰੂਘਨ ਸਿਨਹਾ ਹਸਪਤਾਲ ਵਿੱਚ ਦਾਖਲ ਨੇ ਅਤੇ ਉਹਨਾਂ ਦੇ ਦਿਲ ਦੀ ਬਾਈਪਾਸ ਸਰਜਰੀ ਹੋਈ ਹੈ। ਬੀਤੇ ਐਤਵਾਰ ਨੂੰ ਟੋਰੋਂਟੋ ਵਿੱਚ ਕੈਨੇਡਾ ਦੇ ਲੋਕ ਗਾਇਕਾਂ ਦੇ ਅਖਾੜੇ ਦਾ ਆਨੰਦ ਮਾਣਦਿਆਂ ਬੇਹੋਸ਼ ਹੋ ਗਈ ਨੌਜਵਾਨ ਔਰਤ ਦੀ ਖਬਰ ਅਨੁਸਾਰ ਮੌਤ ਹੋ ਗਈ ਹੈ। 2 ਕੁੱਤਿਆਂ ਦੀ ਲੜਾਈ ਦੌਰਾਨ ਉਹਨਾਂ ਕੁੱਤਿਆਂ ਦੇ ਮਾਲਕ ਵੀ ਆਪਸ ਵਿੱਚ ਭਿੜ ਗਏ, ਜਿਸ ਕਰਕੇ ਪੁਲਿਸ ਨੂੰ ਦਖਲ ਦੇਣਾ ਪਿਆ। ਹਾਲਟਨ ਖੇਤਰ ਵਿੱਚ ਓਕਵਿਲ ਦੇ ਇੱਕ ਵਿਅਕਤੀ ਅਤੇ 76 ਸਾਲਾ ਬਜ਼ੁਰਗ ਦੇ ਦਰਮਿਆਨ ਲੜਾਈ ਝਗੜਾ ਹੋਇਆ ਅਤੇ 76 ਸਾਲਾ ਬਜ਼ੁਰਗ ਨੂੰ ਦੂਸਰੇ ਬੰਦੇ ਨੇ ਘਸੁੰਨ ਮਾਰਿਆ। ਪਤਾ ਲੱਗਾ ਕਿ ਦੋਵੇਂ ਬੰਦੇ ਸੜਕ 'ਤੇ ਕੁੱਤੇ ਲੈ ਕੇ ਜਾ ਰਹੇ ਸਨ, ਪਰ ਜਦ ਕੁੱਤਿਆਂ ਨੇ ਇੱਕ ਦੂਸਰੇ ਨੂੰ ਘੂਰਿਆ ਤਾਂ ਦੋਵੇਂ ਬੰਦੇ ਵੀ ਆਪਸ ਵਿੱਚ ਖੈਬੜ ਪਏ ਅਤੇ ਇੱਕ ਨੇ ਦੂਸਰੇ ਦੇ ਮੂੰਹ 'ਤੇ ਮੁੱਕਾ ਮਾਰਿਆ। ਕੈਨੇਡਾ ਦੇ ਪੱਕੇ ਵੀਜ਼ਾ ਲਈ ਨਵੀਂ ਦਿੱਲੀ ਵਿਖੇ ਅੰਬੈਸੀ ਵਿੱਚ ਵੱਡੀ ਗਿਣਤੀ ਵਿੱਚ ਅਰਜ਼ੀਆਂ ਪਹੁੰਚੀਆਂ ਹੋਈਆਂ ਨੇ। ਸਕਿੱਲਡ ਵਰਕਰਜ਼ ਕੈਟਾਗਰੀ ਵਿੱਚ 2008 ਤੋਂ ਪਹਿਲਾਂ ਅਪਲਾਈ ਹੋਏ 98,344 ਕੇਸਾਂ ਵਿੱਚ ਅਜੇ ਖੜੋਤ ਹੈ, ਜੋ ਕਿ ਇਸ ਸਾਲ ਵੀ ਜਾਰੀ ਰਹਿਣ ਦੀ ਸੰਭਾਵਨਾ ਹੈ। ਕੈਨੇਡੀਅਨ ਅੰਬੈਸੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕੈਨੇਡਾ ਵਿੱਚ ਨੌਕਰੀ ਜਾਂ ਅਰੇਂਜਡ ਇੰਪਲਾਇਮੈਂਟ ਦੇ ਆਧਾਰ 'ਤੇ ਅਪਲਾਈ ਕਰਨ ਵਾਲਿਆਂ ਦੇ ਨਿਵੇਕਲੇ ਕਿਸਮ ਦੇ ਫਰਾਡ ਸਾਹਮਣੇ ਆਉਂਦੇ ਰਹਿੰਦੇ ਨੇ ਅਤੇ ਅਜਿਹੀਆਂ ਫਾਈਲਾਂ ਪੜਤਾਲ ਦੇ ਲੰਬੇ ਚੱਕਰਾਂ ਵਿੱਚ ਪਈਆਂ ਰਹਿੰਦੀਆਂ ਨੇ। ਪਰ ਜੇਕਰ ਸਭ ਕੁਝ ਠੀਕ ਠਾਕ ਹੋਵੇ ਤਾਂ 10 ਕੁ ਮਹੀਨਿਆਂ ਵਿੱਚ ਵੀਜ਼ਾ ਜਾਰੀ ਹੋ ਜਾਂਦਾ ਹੈ। ਫੈਮਿਲੀ ਕਲਾਸ ਵਿੱਚ ਨਵੀਂ ਦਿੱਲੀ 'ਚ 12,181 ਅਰਜ਼ੀਆਂ ਪਈਆਂ ਨੇ ਅਤੇ ਸੰਸਾਰ ਵਿੱਚ ਹੋਰ ਕਿਸੇ ਵੀ ਕੈਨੇਡੀਅਨ ਵੀਜ਼ਾ ਦਫ਼ਤਰ ਵਿੱਚ ਇਸ ਤੋਂ ਵੱਧ ਅਰਜ਼ੀਆਂ ਨਹੀਂ ਨੇ। 2011 ਵਿੱਚ ਜਿਨ੍ਹਾਂ ਲਾੜੇ ਜਾਂ ਲਾੜੀਆਂ ਨੂੰ ਵੀਜ਼ਾ ਤੋਂ ਨਾ ਹੋਈ ਸੀ, ਅੰਕੜਿਆਂ ਮੁਤਾਬਕ ਉਹਨਾਂ ਵਿੱਚੋਂ ਬਹੁਤਿਆਂ ਨੇ ਅਪੀਲ ਕਰ ਦਿੱਤੀ ਸੀ। ਮਾਪਿਆਂ ਦੀ ਕੈਟਾਗਰੀ ਵਿੱਚ 8,471 ਅਰਜ਼ੀਆਂ ਪੈਂਡਿੰਗ ਨੇ। ਚਾਲੂ ਸਾਲ ਦੌਰਾਨ ਇਸ ਕੈਟਾਗਰੀ ਵਿੱਚ ਬੈਕਲਾਗ ਘੱਟ ਕਰਨ ਲਈ ਅੰਬੈਸੀ ਵੱਲੋਂ 6,000 ਵੀਜ਼ਾ ਜਾਰੀ ਕਰਨ ਦਾ ਟਾਰਗੇਟ ਰੱਖਿਆ ਗਿਆ। ਅੰਬੈਸੀ ਵੱਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਉਹਨਾਂ ਲੋਕਾਂ ਦੇ ਕੇਸਾਂ ਦਾ ਨਿਪਟਾਰਾ ਕਰਨ ਨੂੰ ਲੰਬਾ ਅਰਸਾ ਲੱਗ ਜਾਂਦਾ ਹੈ, ਜੋ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਆਪਣੇ ਬੱਚੇ ਬਣਾ ਕੇ ਕੈਨੇਡਾ ਵਿੱਚ ਲੰਘਾਉਣ ਦੀ ਕੋਸ਼ਿਸ਼ ਵਿੱਚ ਹੁੰਦੇ ਨੇ। ਕੈਨੇਡਾ ਆਉਣ ਖਾਤਰ ਪੜ੍ਹਾਈ ਜਾਰੀ ਰੱਖਣ ਵਾਲੇ ਓਵਰ ਏਜ ਬੱਚਿਆਂ ਵਾਲੇ ਕੇਸਾਂ ਨੂੰ ਵੀ ਲੰਬਾ ਸਮਾਂ ਲੱਗਦਾ ਹੈ। ਮੈਡੀਕਲ ਸਮੇਤ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਵੇ ਤਾਂ ਕੈਨੇਡਾ ਦੀ ਅੰਬੈਸੀ ਤੋਂ ਮਾਪਿਆਂ ਦਾ ਸੁਪਰ ਵੀਜ਼ਾ ਲੱਗਣ ਵਿੱਚ ਮੁਸ਼ਕਲ ਪੇਸ਼ ਨਹੀਂ ਆ ਰਹੀ। ਕੈਨੇਡਾ ਦੀ ਅੰਬੈਸੀ ਵੱਲੋਂ ਸਭ ਤੋਂ ਜ਼ਿਆਦਾ ਸ਼ੱਕ ਦੀ ਨਿਗਾਹ ਨਾਲ ਗੋਦ ਲਏ ਗਏ ਬੱਚਿਆਂ ਦੇ ਕੇਸਾਂ ਨੂੰ ਦੇਖਿਆ ਜਾਂਦਾ ਹੈ, ਕਿਉਂਕਿ ਬਹੁਤੇ ਕੈਨੇਡਾ ਵਾਸੀ ਪੰਜਾਬ ਤੋਂ ਆਪਣੇ ਰਿਸ਼ਤੇਦਾਰਾਂ ਦੇ ਬੱਚੇ ਕੈਨੇਡਾ ਲਿਆਉਣ ਲਈ ਇਸ ਕੈਟਾਗਰੀ ਦੀ ਵਰਤੋਂ ਕਰਦੇ ਨੇ। ਪਤਾ ਲੱਗਾ ਕਿ 93% ਤੱਕ ਅਡੋਪਸ਼ਨ ਦੇ ਕੇਸ ਇੰਟਰਵਿਊ ਤੋਂ ਬਿਨਾਂ ਅੱਗੇ ਨਹੀਂ ਤੁਰਦੇ ਅਤੇ ਕੇਸ ਰੱਦ ਹੋਣ ਦੀ ਦਰ 70% ਤੱਕ ਹੈ। ਨਕਲੀ ਬੈਂਕ ਸਟੇਟਮੈਂਟਾਂ, ਨਿੱਜੀ ਸਕੂਲਾਂ ਦੇ ਜਾਲੀ ਸਰਟੀਫਿਕੇਟ ਅਤੇ ਅੰਗਰੇਜ਼ੀ ਦੇ ਟੈਸਟ ਬਾਰੇ ਗਲਤ ਰਿਜ਼ਲਟ ਅੰਬੈਸੀ ਵਿੱਚ ਫੜੇ ਜਾਂਦੇ ਨੇ, ਜਿਸ ਕਰਕੇ ਸਟੂਡੈਂਟਸ ਦੀਆਂ 40% ਤੱਕ ਅਰਜ਼ੀਆਂ ਰੱਦ ਹੋ ਰਹੀਆਂ ਨੇ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਇੱਕ ਭਾਰਤੀ ਡਾਕਟਰ ਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮੈਡੀਕਲ ਕਲੀਨਿਕ ਚਲਾਉਣ ਵਾਲੇ 50 ਸਾਲਾ ਡਾਕਟਰ ਜਸਵਿੰਦਰ ਰਾਏ ਛਿੱਬੜ ਬੀਮਾ ਕੰਪਨੀ ਨਾਲ ਧੋਖਾਧੜੀ ਦੇ ਮਾਮਲੇ ਵਿੱਚ ਮਾਰਚ ਵਿੱਚ ਇਹਨਾਂ ਦੇ ਕੇਸ ਦੀ ਸੁਣਵਾਈ ਹੋਈ ਸੀ ਅਤੇ ਇਹਨਾਂ ਨੂੰ ਫੜਿਆ ਗਿਆ ਸੀ। ਛਿੱਬੜ ਨੇ ਡਾਕਟਰ ਵਜੋਂ ਫਰਜ਼ੀ ਬੀਮਾ ਦਾਅਵੇ ਦਾਖਲ ਕੀਤੇ ਨੇ। ਉਹਨਾਂ ਨੂੰ ਸਾਲ 2007 ਤੋਂ ਜੁਲਾਈ 2010 ਦੇ ਦਰਮਿਆਨ ਸਿਹਤ ਸੰਭਾਲ ਅਤੇ ਧੋਖਾਧੜੀ ਦੇ ਮਾਮਲੇ ਹੋਣ ਨਾਲ 2.5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਅਤੇ $15,000 ਦਾ ਜੁਰਮਾਨਾ ਭਰਨਾ ਪਿਆ। ਵੇਲਣੇ ਨਾਲ ਸੱਸ ਨੂੰ ਮਾਰਨ ਦੀ ਦੋਸ਼ ਵਿੱਚ ਨੂੰਹ ਨੂੰ ਅਦਾਲਤੀ ਕਾਰਵਾਈ ਦਾ ਸਾਹਮਣਾ ਹੈ। ਬਰਤਾਨੀਆ ਦੇ ਸ਼ਹਿਰ ਸਾਊਥ ਹੈਂਪਟਨ ਵਿੱਚ ਇੱਕ 37 ਸਾਲਾ ਪੰਜਾਬਣ ਰਜਵਿੰਦਰ ਕੌਰ ਵਿਰੁੱਧ ਆਪਣੀ 56 ਸਾਲਾ ਸੱਸ ਬਲਜੀਤ ਕੌਰ ਬੁੱਟਰ ਨੂੰ ਵੇਲਣੇ ਨਾਲ ਕੁੱਟ ਕੇ ਮਾਰਨ ਦੇ ਦੋਸ਼ ਵਿੱਚ ਅਦਾਲਤ ਵਿੱਚ ਮੁਕੱਦਮਾ ਚੱਲ ਰਿਹਾ ਹੈ। ਰਜਵਿੰਦਰ ਕੌਰ ਨੇ ਮੁਕੱਦਮੇ ਦੌਰਾਨ ਮੰਨਿਆ ਕਿ ਉਸ ਨੇ ਆਪਣੀ ਸੱਸ ਨੂੰ ਕੁੱਟਿਆ ਸੀ ਪਰ ਕਤਲ ਦੇ ਦੋਸ਼ ਤੋਂ ਇਨਕਾਰ ਕੀਤਾ। ਮ੍ਰਿਤਕਾ ਸੱਸ 2010 ਵਿੱਚ ਬਲਜੀਤ ਕੌਰ ਆਪਣੇ ਪਰਿਵਾਰ ਨਾਲ ਰਹਿਣ ਲਈ ਇੰਗਲੈਂਡ ਵਿੱਚ ਆਈ ਸੀ ਅਤੇ ਨੂੰਹ ਵੱਲੋਂ ਕੁੱਟੇ ਜਾਣ ਦੇ 2 ਦਿਨਾਂ ਬਾਅਦ ਹੀ ਉਸ ਨੇ ਭਾਰਤ ਮੁੜਨਾ ਸੀ। ਕਾਤਲ ਨੂੰ ਰਜਵਿੰਦਰ ਨੇ ਕਿਹਾ ਕਿ ਉਸ ਦੀ ਸੱਸ ਦਾ ਰਵੱਈਆ ਬਹੁਤ ਮਾੜਾ ਸੀ, ਉਹ ਉਸ ਨੂੰ ਤਾਨੇ ਮੇਣੇ ਮਾਰਦੀ ਰਹਿੰਦੀ ਸੀ ਅਤੇ ਧਮਕੀਆਂ ਦਿੰਦੀ ਸੀ। ਜਦਕਿ ਸਰਕਾਰੀ ਵਕੀਲ ਨੇ ਕਿਹਾ ਕਿ ਕਤਲ ਦਾ ਕੋਈ ਵੀ ਕਾਰਨ ਹੋਵੇ ਮੁਆਫ਼ ਨਹੀਂ ਕੀਤਾ ਜਾ ਸਕਦਾ। ਵਕੀਲ ਨੇ ਰਜਵਿੰਦਰ ਵੱਲੋਂ ਪੁਲਿਸ ਅਦਾਲਤ ਅਤੇ ਆਪਣੇ ਚਿਕਿਤਸਕ ਨਾਲ ਝੂਠ ਬੋਲ ਕੇ ਕਤਲ ਦੇ ਦੋਸ਼ ਤੋਂ ਬਚਣ ਨੂੰ ਵੀ ਧਿਆਨ ਵਿੱਚ ਰੱਖਣ ਲਈ ਕਿਹਾ। ਇਸ ਮੁਕੱਦਮੇ ਦੀ ਇੰਗਲੈਂਡ ਵਿੱਚ ਸੁਣਵਾਈ ਅਜੇ ਜਾਰੀ ਹੈ। ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਇੱਕ ਭਾਰਤੀ ਕਾਰੋਬਾਰੀ ਨੇ ਗੈਰ ਕਾਨੂੰਨੀ ਢੰਗ ਨਾਲ ਹਾਥੀ ਦੰਦ ਤੋਂ ਬਣੇ ਗਹਿਣੇ ਅਤੇ ਹੋਰ ਸਮਾਨ ਵੇਚਣ ਸੰਬੰਧੀ ਆਪਣਾ ਦੋਸ਼ ਅਦਾਲਤ ਵਿੱਚ ਕਬੂਲਿਆ, ਜਿਸ ਕੋਲੋਂ ਜਾਂਚ ਉਪਰੰਤ $20,00,000 ਅਮਰੀਕੀ ਡਾਲਰ ਦੇ ਮੁੱਲ ਦੇ ਹਾਥੀ ਦੰਦਾਂ ਤੋਂ ਬਣੇ ਸਮਾਨ ਨੂੰ ਫੜਿਆ ਗਿਆ।
67 ਸਾਲਾ ਮੁਕੇਸ਼ ਗੁਪਤਾ ਤੇ ਉਸ ਦੇ ਸਾਥੀ ਨੇ ਮਨਹੈਟਨ ਅਟਾਰਨੀ ਦੇ ਦਫ਼ਤਰ 'ਚ ਪੇਸ਼ ਹੋ ਕੇ ਆਪਣਾ ਦੋਸ਼ ਕਬੂਲਿਆ ਤੇ ਜਾਂਚ ਉਪਰੰਤ ਉਹਨਾਂ ਦੀ ਕੰਪਨੀ ਦੇ ਵੇਅਰ ਹਾਊਸ ਵਿੱਚੋਂ 1 ਟਨ ਦੇ ਕਰੀਬ ਹਾਥੀ ਦੰਦ ਤੋਂ ਬਣੇ ਹੋਰ ਸਮਾਨ ਨੂੰ ਜ਼ਬਤ ਕੀਤਾ ਗਿਆ। ਇੰਗਲੈਂਡ ਦੇ ਵੇਲਸ ਸ਼ਹਿਰ ਹੁੱਲ ਤੋਂ ਬਾਅਦ ਹੁਣ ਗੁਰਦੁਆਰਾ ਸਿੰਘ ਸਭਾ ਸਵਿੰਡਨ ਵਿਖੇ ਵੀ ਇੱਕ ਅਫਰੀਕਨ ਲਾੜੇ ਨਾਲ ਇੱਕ ਪੰਜਾਬਣ ਲੜਕੀ ਦੇ ਵਿਆਹ ਦੀਆਂ ਰਸਮਾਂ ਨੂੰ ਸਿੱਖਾਂ ਵੱਲੋਂ ਰੋਕਿਆ ਗਿਆ। ਇਹ ਵਿਆਹ ਸੂਜ਼ਨ ਮੋਮੀ ਨਾਮ ਦੀ ਲੜਕੀ ਦਾ ਕੈਨੀ ਲੋਰੈਂਸ ਨਾਲ ਹੋਣ ਜਾ ਰਿਹਾ ਸੀ, ਜਿਸ ਨੂੰ ਰੋਕਣ ਲਈ 40 ਦੇ ਕਰੀਬ ਸਿੱਖ ਗੁਰੂ ਘਰ ਅੰਦਰ ਜਾ ਪਹੁੰਚੇ ਅਤੇ ਉਹਨਾਂ ਨੇ ਅੰਦਰੋਂ ਜਿੰਦਰਾ ਲਗਾ ਦਿੱਤਾ ਤਾਂ ਕਿ ਗੁਰਦੁਆਰਾ ਸਾਹਿਬ ਅੰਦਰ ਅੰਤਰ ਧਰਮੀ ਵਿਆਹ ਨਾ ਹੋ ਸਕੇ। ਲੜਕੀ ਦੇ ਪਰਿਵਾਰ ਦਾ ਕਹਿਣਾ ਕਿ ਅਜਿਹੇ ਵਿਆਹ ਇਸ ਗੁਰਦੁਆਰਾ ਸਾਹਿਬ ਵਿੱਚ ਪਹਿਲਾਂ ਵੀ ਹੁੰਦੇ ਨੇ, ਜਦਕਿ ਲਾੜਾ ਅਤੇ ਲਾੜੀ ਨੇ ਪਹਿਲਾਂ ਕੀਤੇ ਹੋਏ ਵਿਆਹ ਨੂੰ ਰਜਿਸਟਰ ਵੀ ਕੀਤਾ ਹੋਇਆ। ਉਹਨਾਂ ਨੇ ਦੋਸ਼ ਲਗਾਇਆ ਕਿ ਸਿੱਖਾਂ ਨੇ ਗੁਰੂ ਘਰ ਨੂੰ ਜਿੰਦਰੇ ਲਗਾ ਕੇ ਸਿਕਿਉਰਿਟੀ ਕੈਮਰੇ ਬੰਦ ਕਰ ਦਿੱਤੇ ਅਤੇ ਧਮਕੀਆਂ ਦਿੱਤੀਆਂ। ਸਵਿੰਡਨ ਦੇ ਇੱਕ ਪੰਜਾਬੀ ਕਮਿਊਨਿਟੀ ਸੈਂਟਰ ਦੇ ਮੈਂਬਰ ਅਨੁਸਾਰ ਵਿਖਾਵਾਕਾਰੀ ਬਰਮਿੰਗਮ ਅਤੇ ਸਾਊਥ ਹਾਲ ਤੋਂ ਇਹ ਵਿਆਹ ਰੋਕਣ ਲਈ ਆਏ ਸਨ। ਕੈਨੇਡੀਅਨ ਰੇਡੀਓ ਟੈਲੀਕਮਿਊਨੀਕੇਸ਼ਨਜ਼ ਕਮਿਸ਼ਨ ਦੇ ਇੱਕ ਫੈਸਲੇ ਅਨੁਸਾਰ ਦੇਸ਼ ਭਰ ਵਿੱਚ ਲੋਕਲ ਪ੍ਰੋਗਰਾਮਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਪਰ 2008 ਵਿੱਚ ਬਣਾਇਆ ਗਿਆ ਲੋਕਲ ਪ੍ਰੋਗਰਾਮਿੰਗ ਇੰਪਰੂਵਮੈਂਟ ਫੰਡ ਅਗਲੇ 2 ਸਾਲਾਂ ਵਿੱਚ ਖਤਮ ਕਰ ਦਿੱਤਾ ਜਾਏਗਾ, ਜਿਸ ਕਰਕੇ ਕੇਬਲ ਅਤੇ ਸੈਟੇਲਾਈਟ ਦੀਆਂ ਫੀਸਾਂ 1.5% ਤੱਕ ਘਟਣਗੀਆਂ। ਇਸ ਤਰ੍ਹਾਂ ਸਤੰਬਰ 2014 ਤੱਕ ਹਰੇਕ ਸਾਲ ਕੇਬਲ ਟੀਵੀ ਦਾ ਬਿੱਲ 0.5% ਘਟਦਾ ਰਹੇਗਾ। ਕੋਕਰੀ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਸਾਲਾਨਾ ਪਿਕਨਿਕ ਮਾਲਟਨ ਦੇ ਵਾਈਲਡਵੁੱਡ ਪਾਰਕ ਵਿੱਚ ਰੱਖੀ ਗਈ ਹੈ। ਇਹ 28 ਜੁਲਾਈ ਨੂੰ ਪਿਕਨਿਕ ਦੁਪਹਿਰ 1 ਵਜੇ ਤੋਂ ਰਾਤ ਦੇ 10 ਵਜੇ ਤੱਕ ਚੱਲੇਗੀ। ਇਸੇ ਤਰ੍ਹਾਂ ਰਾਏਕੋਟ ਵਾਸੀਆਂ ਦੀ ਪਿਕਨਿਕ ਵੀ 28 ਜੁਲਾਈ ਨੂੰ ਬ੍ਰੈਂਪਟਨ ਵਿੱਚ ਹੋ ਰਹੀ ਹੈ। ਬ੍ਰੈਂਪਟਨ ਦੇ ਹਾਰਟ ਲੇਕ ਪਾਰਕ ਵਿੱਚ ਇਹ ਪਿਕਨਿਕ ਰੱਖੀ ਗਈ ਹੈ। ਬੰਗਿਆਂ ਲਾਗਲੇ ਖਾਨਖਾਨਾ ਵਾਸੀਆਂ ਨੇ 21 ਜੁਲਾਈ ਨੂੰ ਪਿਕਨਿਕ ਰੱਖੀ ਹੋਈ ਹੈ। ਇਸੇ ਤਰ੍ਹਾਂ ਰੋਪੜ ਅਤੇ ਮੋਹਾਲੀ ਜ਼ਿਲ੍ਹਿਆਂ ਦੀ ਪਿਕਨਿਕ ਮਿਲਟਨ ਵਿੱਚ 21 ਜੁਲਾਈ ਨੂੰ ਹੋਏਗੀ। ਪਿੰਡ ਲੰਗੜੋਆ ਦੇ ਵਾਸੀਆਂ ਨੇ ਬ੍ਰੈਂਪਟਨ 'ਚ 22 ਜੁਲਾਈ ਨੂੰ ਪਿਕਨਿਕ ਰੱਖੀ ਹੋਈ ਹੈ। ਕੁਡਾਣੀ ਵਾਸੀਆਂ ਵੱਲੋਂ 6ਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿੱਚ ਬ੍ਰੈਂਪਟਨ ਵਿੱਚ ਨਾਨਕਸਰ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਉਲੀਕਿਆ ਹੋਇਆ ਹੈ। ਕੈਨੇਡਾ ਦੇ ਡਾਲਰ ਦੀ ਵਟਾਂਦਰਾ ਦਰ ਅਮਰੀਕੀ ਡਾਲਰ ਦੇ ਬਰਾਬਰ ਹੁੰਦੀ ਜਾ ਰਹੀ ਹੈ ਅਤੇ ਹੁਣ 1 ਸੈਂਟ ਦਾ ਅੰਤਰ ਹੀ ਰਹਿ ਗਿਆ ਹੈ। 1 ਡਾਲਰ ਦੀ ਭਾਰਤੀ ਰੁਪਇਆਂ ਵਿੱਚ ਵਟਾਂਦਰਾ ਦਰ ਇਸ ਵੇਲੇ ਤਕਰੀਬਨ 54.5 ਰੁਪਏ ਹੈ। ਦੱਖਣੀ ਓਨਟਾਰੀਓ ਵਿੱਚ ਪੈਟਰੋਲ ਪੰਪਾਂ 'ਤੇ 1 ਲੀਟਰ ਪੈਟਰੋਲ ਦਾ ਰੇਟ ਹੁਣ 1 ਡਾਲਰ ਅਤੇ 30 ਸੈਂਟ ਤੱਕ ਪੁੱਜਿਆ ਹੋਇਆ ਹੈ। ਗੱਲ ਕਰਦੇ ਹਾਂ ਇਸ ਪ੍ਰੋਗਰਾਮ 'ਚ ਮੌਸਮ ਦੀ। ਕੈਨੇਡਾ ਦੇ ਵੱਖ ਵੱਖ ਇਲਾਕਿਆਂ ਵਿੱਚ ਗਰਮ ਰੁੱਤ ਦਾ ਸੇਕ ਅੱਜ ਵੀ ਜਾਰੀ ਰਿਹਾ ਅਤੇ ਅਗਲੇ ਕੁਝ ਦਿਨਾਂ ਵਿੱਚ ਗਰਮ ਲੋਅ ਵਗਦੇ ਰਹਿਣ ਦਾ ਅੰਦਾਜ਼ ਹੈ। ਟੋਰਾਂਟੋ ਵਿੱਚ ਅੱਜ ਤਾਪਮਾਨ ਬੀਤੇ ਕੱਲ੍ਹ ਦੇ ਮੁਕਾਬਲੇ ਕੁਝ ਘਟਿਆ, ਪਰ ਹੀਟ ਅਲਰਟ ਜਾਰੀ ਰਿਹਾ। ਹੀਟ ਅਲਰਟ ਦੌਰਾਨ ਲੋਕਾਂ ਨੂੰ ਗਰਮੀ ਤੋਂ ਬਚਾਅ ਰੱਖਣ ਦਾ ਸੁਝਾਅ ਦਿੱਤਾ ਜਾਂਦਾ ਹੈ। ਗਰਮੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਤੋਂ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ ਅਤੇ ਧੁੱਪੇ ਖੜ੍ਹੀ ਕਾਰ ਵਿੱਚ ਕਿਸੇ ਨੂੰ ਵੀ ਛੱਡ ਕੇ ਸ਼ੋਪਿੰਗ ਕਰਨ ਜਾਣ ਤੋਂ ਪਰਹੇਜ਼ ਕਰਨ ਦੀ ਲੋੜ ਹੁੰਦੀ ਹੈ। ਗਰਮੀ ਤੋਂ ਬਚਾਅ ਲਈ ਠੰਡਾ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ। ਵਾਤਾਵਰਣ ਵਿਭਾਗ ਅਨੁਸਾਰ ਜੁਲਾਈ ਅਤੇ ਅਗਸਤ ਦੌਰਾਨ ਕੈਨੇਡਾ ਦੇ ਸਾਰੇ ਇਲਾਕਿਆਂ ਵਿੱਚ ਹੀ ਆਮ ਨਾਲੋਂ ਜ਼ਿਆਦਾ ਗਰਮੀ ਪੈਣਾ ਜਾਰੀ ਰਹੇਗਾ। ਟੋਰਾਂਟੋ ਦੇ ਇਲਾਕਿਆਂ ਵਿੱਚ ਹੁਣ ਸੂਰਜ ਸ਼ਾਮ ਨੂੰ 8 ਵਜੇ ਤੋਂ 55 ਮਿੰਟ ਬਾਅਦ ਅਸਤ ਹੁੰਦਾ ਅਤੇ ਸਵੇਰੇ 5 ਵਜੇ ਤੋਂ 54 ਮਿੰਟ ਬਾਅਦ ਨਿਕਲਦਾ ਹੈ। ਖਬਰਾਂ ਦੇ ਇਸ ਪ੍ਰੋਗਰਾਮ ਨਾਲ ਜੁੜੇ ਸੀ। ਇਸ ਪ੍ਰੋਗਰਾਮ ਦਾ ਸਮਾਂ ਹੁਣ ਇੱਥੇ ਸਮਾਪਤ ਹੈ। ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।